ਤੁਹਾਨੂੰ ਇੱਕ ਪੁਰਾਣੇ ਮੋਬਾਈਲ ਫੋਨ ਦੀ ਵਾਈਬ੍ਰੇਟਰ ਮੋਟਰ ਇਹ ਨਵਾਂ ਖਿਡੌਣਾ ਬਣਾਉਣ ਲਈ ਚਾਹੀਦੀ ਹੈ। ਇੱਥੇ ਦੋ ਤਾਰਾਂ ਨਾਲ ਲੱਗੀ ਵਾਈਬ੍ਰੇਟਰ ਮੋਟਰ ਹੈ। 1.5 ਵੋਲਟ ਦੀ ਬੈਟਰੀ ਨਾਲ ਜੋੜਨ 'ਤੇ ਇਹ ਘੁੰਮਣ ਲੱਗ ਜਾਵੇਗੀ। 1.5 ਵੋਲਟ ਪੈਨਸਿਲ ਬੈਟਰੀ ਲੈ ਲਵੋ ਅਤੇ ਵਿਖਾਏ ਦੇ ਤਰ੍ਹਾਂ ਦੋ ਤਾਰਾਂ ਜੋੜ ਦਿਓ। ਬੈਟਰੀ ਨੂੰ ਵਾਈਬ੍ਰੇਟਰ ਮੋਟਰ ਦੇ ਨਾਲ ਜੋੜ ਦਿਓ ਅਤੇ ਅੰਤ ਵਿੱਚ ਬੈਟਰੀ ਨਾਲ ਤਾਰਾਂ ਨੂੰ ਟੇਪ ਨਾਲ ਜੋੜ ਦਿਓ। ਮੋਟਰ ਘੁੰਮਣਾ ਸ਼ੁਰੂ ਕਰੇਗੀ। ਜੇ ਤੁਸੀਂ ਇਸ ਸਾਰੇ ਸਮਾਨ ਨੂੰ ਮੇਜ਼ ਉੱਤੇ ਰੱਖੋਗੇ ਤਾਂ ਇਹ ਸਾਰਾ ਕੁਝ ਕੰਬੇਗਾ ਅਤੇ ਨੱਚਣਾ ਸ਼ੁਰੂ ਕਰ ਦੇਵੇਗਾ। ਹੁਣ ਇੱਕ ਕਾਰਡ ਸ਼ੀਟ ਦਾ ਕੀੜਾ ਬਣਾਓ ਅਤੇ ਇਸ ਨੂੰ ਬੈਟਰੀ ਨਾਲ ਟੇਪ ਨਾਲ ਜੋੜ ਦਿਓ ਅਤੇ ਕੀੜੇ ਨੂੰ ਰੱਖਣ ਨਾਲ ਇਹ ਕੰਬਣ ਲੱਗ ਜਾਵੇਗਾ ਅਤੇ ਬਹੁਤ ਸੋਹਣਾ ਨੱਚੇਗਾ। ਇਸ ਤਰ੍ਹਾਂ ਤੁਸੀਂ ਸੁੱਟੀ ਹੋਈ ਮੋਬਾਈਲ ਫੋਨ ਦੀ ਮੋਟਰ ਨਾਲ ਬਹੁਤ ਵਧੀਆ ਖਿਡੌਣਾ ਬਣਾ ਸਕਦੇ ਹੋ।